ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ? ਹੋਪਫੁਲੀ ਸਾਰੇ ਠੀਕ ਠਾਕ ਹੋਵੋਗੇ। ਅਤੇ ਵੈਲਕਮ ਬੈਕ ਟੂ ਅਨਦਰ ਵਲੋਗ। ਅੱਜ ਆਪਾਂ ਬਣਾਉਣ ਜਾ ਰਹੇ ਹਾਂ ਵਲੋਗ, ਅਤੇ ਫਿਲਮ ਦੇਖਣੀ ਆ ਗਿੱਪੀ ਬਾਈ ਦੀ, ਪਾਣੀ 'ਚ ਮਧਾਣੀ। ਅਤੇ ਅੱਜ ਮੈਂ ਅਤੇ ਮੇਰਾ ਨਾਮ ਮੇਰੇ ਮਾਮੇ ਦਾ ਮੁੰਡਾ ਬਰਾੜ ਸਾਹਿਬ, ਅਤੇ ਉਹਨਾਂ ਨਾਲ ਵੀ ਮਿਲਵਾਉਣਾ। ਅਤੇ ਆਪਾਂ ਚੱਲਦੇ ਹਾਂ। ਹੁਣ ਅਸੀਂ ਇੱਕ ਟਾਈਮ ਤਾਂ ਲੰਘਾ ਲਿਆ, ਹਾਊਸਫੁੱਲ ਹੋ ਗਿਆ 9 ਵਜੇ ਵਾਲਾ, ਅਤੇ ਹੁਣ ਅਸੀਂ 10 ਵਜੇ ਵਾਲਾ ਦੇਖਦੇ ਹਾਂ। ਅਤੇ ਦੇਖਦੇ ਹਾਂ ਕੀ ਗੱਲ ਬਣਦੀ ਆ। ਭਾਈ ਸਾਹਿਬ ਨੇ ਤਾਂ ਪੱਗ ਬੰਨ੍ਹੀ ਜਾਂਦੇ ਆ, ਅਤੇ ਮੈਂ ਥੋੜ੍ਹਾ ਜਿਹਾ ਲੇਟ ਜਿਹਾ ਉੱਠਿਆ ਸੀ, ਅਤੇ ਮੈਂ ਪੱਗ ਨਹੀਂ ਬੰਨ੍ਹ ਲਿਆ ਅੱਜ। ਚਲੋ ਮਿਲਦੇ ਹਾਂਗੇ। ਇਹ ਮੇਰਾ ਦੂਜਾ ਵਲੋਗ ਆ, ਅਤੇ ਅੱਜ ਆਪਾਂ ਦੇਖਣ ਚੱਲਿਆ ਫਿਲਮ, ਅਤੇ ਕਰਾਂਗੇ ਚੱਲ ਫਨ ਪੂਰਾ। ਅਤੇ ਅੱਜ ਆਪਣੇ ਨਾਲ ਇੱਕ ਹੋਰ ਬੰਦਾ, ਇਹ ਮੇਰੇ ਮਾਮੇ ਦਾ ਮੁੰਡਾ, ਅਤੇ ਇਹ ਬੰਦੇ ਨੂੰ ਮਿਲੋ। ਹਾਏ ਵੀਰੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਠੀਕ ਠਾਕ ਹੋਵੋਗੇ ਸਾਰੇ? ਅੱਜ ਆਪਾਂ ਪਾਣੀ 'ਚ ਮਧਾਣੀ ਫਿਲਮ ਦੇਖਣ ਜਾ ਰਹੇ ਹਾਂ। ਸੋ ਇਹ ਥੋੜ੍ਹਾ ਜਿਹਾ ਮੇਰਾ ਨਾਮ ਵੀ ਜ਼ਿਆਦਾ ਸੰਗਦਾ। ਅਤੇ ਹੁਣ ਤਕਰੀਬਨ ਟਾਈਮ ਕਿੰਨਾ ਹੋ ਗਿਆ? ਪੌਣੇ ਕੁ ਨੌ ਹੋ ਗਏ। 9 ਵਜੇ ਵਾਲਾ ਟਾਈਮ ਲੰਘਾ ਤਾ, ਅਤੇ ਹੁਣ ਉਮੀਦ ਆ ਸਾਨੂੰ 10 ਵਜੇ ਵਾਲੇ ਟਾਈਮ 'ਤੇ। ਪਹਿਲਾਂ 'ਚ ਤਾਂ ਸੀਟਾਂ ਫੁੱਲ ਹੋ ਗਈਆਂ, ਅਤੇ ਹੁਣ ਅਸੀਂ ਅਗਲੇ 'ਚ ਦੇਖਦੇ ਹਾਂ ਕੀ ਬਣਦਾ। ਮਿਲਦੇ ਹਾਂ। ਹਾਂਜੀ, ਜਿਵੇਂ ਤੁਹਾਨੂੰ ਮੈਂ ਕਿਹਾ ਸੀ, ਮੈਂ ਬਰਾੜ ਸਾਹਿਬ ਨਾਲ ਤੁਹਾਨੂੰ ਮਿਲਾਉਂਗਾ। ਲਓ ਬਰਾੜ ਸਾਹਿਬ ਦੇ ਦਰਸ਼ਨ। ਇਹ ਬੰਦਾ ਮੇਰੇ ਮਾਮੇ ਦਾ ਮੁੰਡਾ, ਅਤੇ ਹੁਣ ਤੁਹਾਨੂੰ ਇਹੀ ਵਲੌਗ 'ਚ ਨਜ਼ਰ ਆਊਗਾ। ਧਿਆਨ ਸੇ ਦੇਖੋ, ਬਹੁਤ ਅੱਜ ਤੁਹਾਨੂੰ ਸ਼ੇਅਰ ਸੁਣਾਉਣਗੇ। ਬਈ ਜੀ, ਸੁਣੋ ਥੋੜ੍ਹਾ ਗੌਰ ਨਾਲ। ਹਾਂਜੀ ਬਈ ਜੀ, ਅਰਜ਼ ਕੀਆ ਹੈ ਪਟਰੀ ਪੇ ਰੇਲ ਕਭੀ ਆਨੀ ਕਭੀ ਜਾਨੀ। ਅਰਜ਼ ਕੀਆ ਹੈ ਪਟਰੀ ਪੇ ਰੇਲ ਕਭੀ ਆਨੀ ਕਭੀ ਜਾਨੀ, ਆਜ ਹਮ ਫਿਲਮ ਦੇਖਨੇ ਵਾਲੇ ਹੈ ਪਾਣੀ ਮੇ ਮਦਾਨੀ, ਪਾਣੀ ਮੇ ਮਦਾਨੀ। ਸਿਰਾ ਸਿਰਾ ਬਈ ਜੀ, ਸਿਰਾ। ਆਪਣਾ ਵਾਲੀ ਕਿੱਥੇ? ਆਪਣਾ ਵਾਲੀ ਆਹ ਸੀ। ਅਸੀਂ ਪਹੁੰਚ ਚੁੱਕੇ ਹਾਂ ਨੀਲਮ ਨੋਵਾ ਸਿਨੇਮਾ ਦੇ ਵਿੱਚ, ਅਤੇ ਇੱਥੇ ਆਪਾਂ ਲੈਣੀ ਆ ਟਿਕਟ, ਅਤੇ ਟਿਕਟ ਲੈ ਕੇ ਫਿਰ ਦੇਖਦੇ ਫਿਲਮ। ਫਿਲਮ 'ਤੇ ਆਪਾਂ ਰਿਐਕਸ਼ਨ ਵੀ ਦੇਵਾਂਗੇ, ਕਿੱਦਾਂ ਲੱਗੀ ਫਿਲਮ, ਪਾਣੀ 'ਚ ਮਧਾਣੀ। ਕੋਈ ਝੂਠ ਨਹੀਂ, ਪੂਰੀ ਇਮਾਨਦਾਰੀ ਨਾਲ ਦੱਸਾਂਗੇ। ਕਹਿੰਦੇ ਵੀ ਬਾਈ ਠੀਕ ਆ ਬਈ, ਹਾਂ ਬਈ ਜ਼ਰੂਰ, ਜਮਾਂ ਸਹੀ ਸਹੀ ਦੇਵਾਂਗੇ ਰਿਐਕਸ਼ਨ, ਕੋਈ ਝੂਠ ਨਹੀਂ। ਬਾਕੀ ਤੁਸੀਂ ਵੀ ਕੁਆਇੰਟਾਂ 'ਚ ਦੱਸ ਦਿਓ ਫਿਲਮ ਤੁਹਾਨੂੰ ਵੀ ਕਿਸੇ ਦੀ ਲੱਗੀ ਸੀ ਜੇ ਤੁਸੀਂ ਦੇਖੀ ਆ, ਅਤੇ ਬਾਕੀ ਇਸ ਤਾਂ ਦੱਸ ਦਿਓ। ਟਿਕਟਾਂ ਲੈ ਲਈਆਂ, ਅਤੇ 10 ਮਿੰਟ ਰਹਿ ਗਏ, ਅਤੇ ਜਾਣੇ ਸੀ ਮੈਨੂੰ ਲੱਗਦਾ 4-5 ਹੀ ਆ। ਬਾਕੀ ਮੈਨੂੰ ਲੱਗਦਾ ਕੰਮ ਪਤਾ ਹੀ ਆ, 5 ਮਿੰਟ ਹੀ ਰਹਿੰਦੇ ਆ। ਹਜੇ ਤੱਕ ਤਾਂ ਅਸੀਂ ਤਰਨੀ ਆ, ਬਾਕੀ ਕੋਈ ਪਤਾ ਨਹੀਂ ਗਾਂ ਕਿੰਨੀ ਕਿੰਨੀ ਹੋਣੀ। ਬਰਾੜ ਸਾਹਿਬ, ਹਾਂਜੀ ਬਈ, ਆ ਬਾਈ ਧਰਮ ਕੋਟ ਦਾ। ਹਾਂ ਵੀ ਦੱਸ, ਬਾਅਦ ਕਿਵੇਂ ਲੱਗੀ ਫਿਲਮ? ਫਿਲਮ ਬਈ ਵਧੀਆ ਸੀ, ਦੇਖਣ ਯੋਗ ਸੀਗੀ, ਹਾਸੇ ਵਾਲੀ ਫਿਲਮ। ਪਰਸਨਲੀ ਮੈਨੂੰ ਬਹੁਤ ਸੋਹਣੀ ਫਿਲਮ ਲੱਗੀ, ਬਹੁਤ ਸੋਹਣੀ ਫਿਲਮ ਸੀ, ਬਹੁਤ ਸੋਹਣੀ ਪੇਸ਼ਕਾਰੀ ਸੀ, ਸਿੰਗਿੰਗ ਲਾਈਫ ਲਈ ਸੀਗੀ, ਅਤੇ ਸਟਰਗਲ ਸਟੋਰੀ ਸੀ, ਕਾਫੀ ਸੋਹਣੀ ਸੀ, ਬਹੁਤ ਸੋਹਣੀ ਲੁੱਕ ਦਿੱਤੀ ਸੀ ਫਿਲਮ ਨੂੰ, ਅਤੇ ਓਲਡ ਲੁੱਕ ਸੀ, ਉਹ ਸਕੂਲ ਸੀ, ਐਵਰੀਥਿੰਗ ਬਹੁਤ ਸੋਹਣਾ ਸੀ ਕੰਸੈਪਟ, ਅਤੇ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ, ਅਤੇ ਬਹੁਤ ਚੀਜ਼ਾਂ ਕੋਮਨ ਪੁਆਇੰਟ ਵੀ ਲੱਗੇ ਆਪਣੀ ਲਾਈਫ 'ਚ, ਅਤੇ ਬਹੁਤ ਬਹੁਤ ਜਾਣ ਕੇ ਜ਼ਰੂਰ ਦੇਖੋ, ਜ਼ਰੂਰ ਦੇਖੋ, ਦੇਖਣ ਵਾਲੀ ਹੈ ਫਿਲਮ, ਬਹੁਤ ਸੋਹਣੀ ਫਿਲਮ। ਅਤੇ ਇਸ ਫਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਸਾਹਿਬ ਨੂੰ ਸਾਡੇ ਲਈ ਬਹੁਤ ਬਹੁਤ ਮੁਬਾਰਕਾਂ, ਥੈਂਕ ਯੂ। ਹੁਣ ਅਸੀਂ ਚੱਲੇ ਹਾਂ ਖਾਣ ਪੀਣ, ਕੁਛ ਦੱਸ ਬਾਏ ਕੀ ਖਾਣ। ਹੁਣ ਅਸੀਂ ਆਏ ਹੋਏ ਹਾਂ ਡੋਮੀਨੋਜ਼ ਵਾਲਿਆਂ ਦੇ, ਅਤੇ ਭਾਜ ਪੀਜ਼ਾ ਖਾਣਾ, ਖਾਣਾ ਵੀ ਚੀਜ਼ ਵਾਲਾ, ਅਤੇ ਔਡਰ ਕੀਤਾ ਵਾ ਅਤੇ ਆ ਰਿਹਾ, 15 ਮਿੰਟ ਲੱਗਦੇ ਆ, 15 ਕੁ ਮਿੰਟਾਂ ਤੱਕ ਆ ਜਾਣਾ ਔਡਰ, ਅਤੇ ਬਾਤ ਕਰਦੇ ਹਾਂ ਬਾਕੀ ਗੱਲ ਬਾਅਦ 'ਚ। ਲਓ ਵੀ ਵਿਊ ਚੈੱਕ ਕਰੋ, ਵਿਊ ਚੈੱਕ ਕਰੋ।
ਭਾਜੀ ਹੁਣੀ ਆਰਡਰ ਲੈ ਕੇ ਆਉਂਦੇ ਹੋਏ। ਇਹ ਆ ਗਏ, ਇਹ ਆ ਗਏ, ਆ ਗਏ, ਆ ਗਏ, ਆ ਗਏ, ਆ ਗਏ, ਇਹ 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 ਭਾਜੀ ਉਹਨਾਂ ਤੋਂ ਖੁੱਲ ਨਹੀਂ ਰਿਹਾ। ਭਾਜੀ ਭਾਜੀ ਖੋਲੋ, ਭਾਜੀ ਖੋਲੋ, ਬੋਲੋ ਭਾਜੀ ਖੋਲੋ। ਆਏ ਆਏ ਚਾਪੀਆਂ, ਆਏ ਆਏ ਖੁੱਲ ਨਹੀਂ ਰਿਹਾ। ਆਏ ਵੇ ਖੁੱਲ ਗਿਆ, ਵੇ ਖੁੱਲ ਗਿਆ ਯਾਰ, ਕੀ ਹੋ ਗਿਆ? ਉਹ ਡੱਬਾ ਖੁੱਲ ਗਿਆ, ਉਹ ਡੱਬਾ ਖੁੱਲ ਗਿਆ, ਉਹ ਡੱਬਾ ਖੁੱਲ ਗਿਆ। ਅੱਧਾ ਅੱਧਾ ਖਾ ਲਿਆ, ਅੱਧਾ ਅੱਧਾ ਅੜ ਗਿਆ, ਖਾਧਾ ਨਹੀਂ ਜਾ ਰਿਹਾ, ਛੱਡਿਆ ਵੀ ਨਹੀਂ ਜਾ ਰਿਹਾ, ਖਾਧਾ ਵੀ ਨਹੀਂ ਜਾ ਰਿਹਾ, ਛੱਡਿਆ ਵੀ ਨਹੀਂ ਜਾ ਰਿਹਾ। ਉਹਦੇ ਤੱਕ ਐਕਸਟਰਾ ਚੀਜ਼ ਨਹੀਂ, ਐਕਸਟਰਾ ਚੀਜ਼ ਨਹੀਂ, ਹੋਰ ਚੀਜ਼, ਅਤੇ ਹੁਣ ਖਾਧਾ ਨਹੀਂ ਜਾ ਰਿਹਾ ਜੀ। ਉਹ ਵੀ ਹੁਣ ਆਪਾਂ ਆ ਚੁੱਕਿਆ ਘਰ, ਅਤੇ ਘਰ ਆਪਣਾ ਹੱਥ ਨਹੀਂ ਹੋ ਗਿਆ ਸਾਨੂੰ ਤਕਰੀਬਨ ਆਉਂਦਿਆਂ ਘਰ, ਅਤੇ ਕੁਛ ਸ਼ੋਪਿੰਗ ਕਰਨੀ ਸੀ ਉਹ ਵੀ ਕਰ ਲਈ, ਅਤੇ ਬਾਜ ਉਹਨਾਂ ਨੂੰ ਮੈਂ ਘਰ ਛੱਡਿਆ, ਅਤੇ ਮੈਂ ਆ ਗਿਆ ਇੱਥੇ ਆਪਣੇ ਘਰ ਆਪਦੇ। ਅਤੇ ਬਹੁਤ ਸੋਹਣੀ ਸੀ ਫਿਲਮ, ਬਹੁਤ ਬਹੁਤ ਹੀ ਜ਼ਿਆਦਾ ਯਾਨੀ ਕਿ ਸਟਰਗਲ ਸਟੋਰੀ ਸੀ, ਇੱਕ ਇੱਕ ਸਿੰਗਲ ਲਾਈਫ ਨੂੰ ਬਿਆਨ ਕਰਦੀ ਆ, ਆਮ ਆਦਮੀ ਦੀਆਂ ਜ਼ਿੰਦਗੀਆਂ ਨੂੰ ਬਿਆਨ ਕਰਦੀ ਆ, ਬਹੁਤ ਜ਼ਿਆਦਾ ਸੋਹਣੇ ਸੀਨ ਵਿੱਚ ਪਾਈ ਸੀ, ਬਹੁਤ ਵਧੀਆ ਤਰੀਕੇ ਨਾਲ ਪੇਸ਼ਕਾਰੀ ਕੀਤੀ ਸੀ, ਬਹੁਤ ਜ਼ਿਆਦਾ ਸੋਹਣਾ ਕੰਸੈਪਟ ਸੀ। ਅਤੇ ਮੇਰੇ ਵੱਲੋਂ ਫਿਲਮ ਬਹੁਤ ਸੋਹਣੀ ਆ, ਅਤੇ ਬਹੁਤ ਹੀ ਜ਼ਿਆਦਾ ਸੋਹਣੀ ਲੱਗੀ ਮੇਰੀ ਫਿਲਮ ਪਰਸਨਲੀ। ਅਤੇ ਬਾਕੀ ਤੁਸੀਂ ਵੀ ਜਾ ਕੇ ਦੇਖੋ, ਅਤੇ ਤੁਹਾਨੂੰ ਤੁਸੀਂ ਵੀ ਆਪਣੇ ਰਿਐਕਸ਼ਨ ਥੱਲੇ ਕਮੈਂਟਾਂ ਸ਼ੇਅਰ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਫਿਲਮ। ਥੈਂਕ ਯੂ ਵੈਰੀ ਮੱਚ, ਮਿਲਦੇ ਹਾਂ ਕਿਸੇ ਅਗਲੇ ਵਲੌਗ 'ਚ।